ਨਮਸਕਾਰ, ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਜਗਬਾਣੀ, ਮੈਂ ਹਾਂ ਤੁਹਾਡਾ ਦੋਸਤ ਅਨਿਲ ਪਾਹਵਾ। ਦੇਸ਼ ਭਰ ਦੇ ਵਿੱਚ ਇਲੈਕਸ਼ਨਾਂ ਦਾ ਦੌਰ ਹੈ ਅਤੇ ਹੁਣ ਦੌਰ ਇਹ ਸਿਮਟਦਾ ਜਾ ਰਿਹਾ ਹੈ। ਪੰਜਾਬ ਦੇ ਵਿੱਚ ਆ ਕੇ ਇਹ ਦੌਰ ਖਤਮ ਹੋ ਜਾਏਗਾ। 1 ਜੂਨ ਨੂੰ ਪੰਜਾਬ ਦੇ ਵਿੱਚ ਇਲੈਕਸ਼ਨ ਹੋਣਗੇ। ਉਹਨਾਂ ਇਲੈਕਸ਼ਨਾਂ ਤੋਂ ਬਾਅਦ 4 ਜੂਨ ਨੂੰ ਕਾਊਂਟਿੰਗ ਹੋਏਗੀ ਅਤੇ ਪੂਰੇ 2 ਮਹੀਨੇ ਤੋਂ ਜਿਹੜੀ ਮਿਹਨਤ ਚੱਲ ਰਹੀ ਸੀ ਪਾਰਟੀਆਂ ਦੀ, ਉਹ ਸਾਹਮਣੇ ਆ ਜਾਏਗੀ। ਇਹ ਸਾਰੇ ਮੁੱਦਿਆਂ ਦੇ ਉੱਪਰ ਗੱਲ ਕਰਨਗੇ ਸਾਡੇ ਨਾਲ ਸ਼੍ਰੀ ਤਰੁਣ ਚੁੱਗ, ਜੋ ਕਿ ਭਾਜਪਾ ਦੇ ਰਾਸ਼ਟਰੀ ਮਹਾਂਸਚਿਵ ਨੇ ਅਤੇ ਜੰਮੂ ਕਸ਼ਮੀਰ ਦੇ ਪ੍ਰਭਾਰੀ ਵੀ ਨੇ। ਤਰੁਣ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਤਰੁਣ ਜੀ, 400 ਪਾਰ ਕਹਿੰਦੇ ਸੀਟਾਂ ਲੈ ਜਾਣੀਆਂ ਆਪਾਂ। 4 ਜੂਨ 400 ਪਾਰ, ਫਿਰ ਇੱਕ ਵਾਰ ਮੋਦੀ ਸਰਕਾਰ। ਇਹ ਮੇਰੀ ਆਵਾਜ਼ ਨਹੀਂ, ਇਹ ਭਾਰਤ ਦੇ ਜਨ ਜਨ ਦੀ ਆਵਾਜ਼ ਹੈ। ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ, ਕੱਛ ਤੋਂ ਕੋਹਿਮਾ ਤੱਕ ਇੱਕੋ ਆਵਾਜ਼ ਹੈ ਕਿ ਮੋਦੀ ਹੈ ਤਾਂ ਮੁਮਕਿਨ ਹੈ, ਔਰ ਦੇਸ਼ ਕੋ ਕੋਈ ਚਲਾ ਸਕਤਾ ਹੈ ਤਾਂ ਉਹ ਮੋਦੀ ਹੈ। ਔਰ ਲੋਕ ਪ੍ਰਧਾਨ ਮੰਤਰੀ ਮੋਦੀ ਜੀ ਨਾਲ ਅਥਾਹ ਪ੍ਰੇਮ ਕਰਦੇ ਹੈ। ਇੱਕ ਅਭਿਭਾਵਕ ਦੇ ਰੂਪ 'ਚ ਮੋਦੀ ਸਾਹਿਬ ਨੂੰ ਦੇਖਦੇ ਹੈ। 4 ਜੂਨ ਆਉਣ ਵਾਲੀ ਹੈ, ਕੋਈ ਦਿਨ ਥੋੜ੍ਹੇ ਹੀ ਰਹਿ ਗਏ। ਪਰਿਣਾਮ ਵੀ ਸਾਹਮਣੇ ਦਿਸ ਰਿਹਾ। ਭਾਰਤੀ ਜਨਤਾ ਪਾਰਟੀ ਇੱਕ ਤਰਫ ਹੈ ਔਰ ਦੂਸਰੀ ਤਰਫ ਕੋਈ ਨਹੀਂ। ਔਰ ਜਿਸ ਤਰ੍ਹਾਂ 10 ਸਾਲ ਦੇਸ਼ ਦੇ ਅੰਦਰ ਗਰੀਬੀ ਦੇ ਖਿਲਾਫ ਉਹਨਾਂ ਨੇ ਲੜਾਈ ਲੜੀ ਹੈ, ਦੇਸ਼ ਦੀ ਤਰੱਕੀ ਵਾਸਤੇ, ਚਮਕ ਧਮਕ ਵਾਸਤੇ, ਦੇਸ਼ ਦਾ ਵਿਦੇਸ਼ਾਂ ਦੇ ਅੰਦਰ ਇੱਕ ਨਵਾਂ ਚਿਹਰਾ ਭਾਰਤ ਦਾ ਪੇਸ਼ ਹੋਇਆ। ਇੱਕ ਜ਼ਮਾਨਾ ਸੀ, ਚਾਹੇ ਉਹ ਹਿੰਦੁਸਤਾਨ ਤੋਂ ਗਿਆ ਬੰਦਾ, ਚਾਹੇ 200 ਸਾਲ ਪਹਿਲੇ ਗਿਆ ਸੀ, ਜਾਂ 10 ਸਾਲ ਪਹਿਲੇ ਗਿਆ ਸੀ, ਜਾਂ ਟੂਰਿਸਟ ਵੀਜ਼ੇ 'ਤੇ ਗਿਆ ਸੀ, ਉਹ ਆਪਣੇ ਆਪ ਨੂੰ ਹਿੰਦੁਸਤਾਨੀ ਕੁਆਨ 'ਤੇ ਕਿਰੇ ਝਿਜਕ ਕਰਦਾ ਸੀ। ਪਰ ਤਰੁਣ ਜੀ, ਤੁਸੀਂ ਕਹਿ ਰਹੇ ਹੋ ਸਾਹਮਣੇ ਕੋਈ ਨਹੀਂ ਹੈ, ਸਾਹਮਣੇ ਕਾਂਗਰਸ ਹੈ, ਸਾਹਮਣੇ ਕੇਜਰੀਵਾਲ ਸਾਹਿਬ ਨੇ, ਆਮ ਆਦਮੀ ਪਾਰਟੀ ਹੈ, ਔਰ ਕਿੰਨੀਆਂ ਪਾਰਟੀਆਂ ਰਲ ਕੇ ਸਾਹਮਣੇ ਸਾਹਮਣਾ ਕਰ ਰਹੀਆਂ। ਅੱਜ ਪੂਰੇ ਵਿਸ਼ਵ ਦੇ ਅੰਦਰ ਭਾਰਤ ਔਰ ਭਾਰਤ ਦੇ DNA ਨੂੰ ਲੋਕ ਸਲੂਟ ਕਰਦੇ ਆ। ਲੋਕ ਤੁਹਾਨੂੰ, ਅਸੀਂ ਟੂਰਿਸਟ ਬਣ ਕੇ ਗਏ ਹੋਈਏ ਜਾਂ ਉੱਥੇ ਜਿਹੜੇ 200-200 ਸਾਲ ਦੇ ਨੇ, ਉਹ ਵੀ ਗਰਵ ਨਾਲ ਕਹਿੰਦੇ ਅਸੀਂ ਭਾਰਤ ਦੇ ਨਾਗਰਿਕ ਹਾਂ, ਜਿਹੜਾ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੈ। ਗੱਲ ਕੀਤੀ ਤੁਸੀਂ ਸਾਹਮਣੇ ਦੀ, 4 ਜੂਨ ਆਉਣ ਗਈ। 4 ਜੂਨ ਜਦੋਂ ਤੁਸੀਂ ਆਏਗੀ, ਰਿਜ਼ਲਟ ਨਿਕਲਣਗੇ, ਯਾਦ ਰੱਖਣਾ ਰਾਹੁਲ ਗਾਂਧੀ ਦੀ ਉਮਰ ਤੋਂ ਘੱਟ ਸੀਟਾਂ ਕਾਂਗਰਸ ਪਾਰਟੀ ਨੂੰ ਮਿਲਣ ਵਾਲੀਆਂ। ਔਰ ਇਹ ਵੀ ਗੱਲ ਯਾਦ ਰੱਖਣਾ, ਮੈਂ ਤੁਹਾਨੂੰ ਜੋ ਕਹਿ ਰਿਹਾ, ਮੈਂ ਕੋਈ ਐਸਟ੍ਰੋਲੋਜਰ ਨਹੀਂ, ਕੋਈ ਕੁੰਡਲੀ ਨਹੀਂ ਦੇਖ ਰਿਹਾ, ਮੈਂ ਦੇਸ਼ ਦਾ ਮਿਜ਼ਾਜ ਦੇਖ ਰਿਹਾ। ਜਿਹੜੀ ਪਾਰਟੀ ਨੇ ਆਪਣਾ ਝੰਡਾ ਮੁਸਲਿਮ ਲੀਗ ਕੋਲ ਗਿਰਵੀ ਰੱਖਤਾ ਹੋਵੇ ਔਰ ਮੁਸਲਿਮ ਲੀਗ ਦਾ ਏਜੰਡਾ ਚੁੱਕ ਲਿਆ ਹੋਵੇ, ਜਿਹਦੇ ਕੋਲ ਝੰਡਾ ਵੀ ਨਹੀਂ ਔਰ ਏਜੰਡਾ ਵੀ ਆਪਣਾ ਨਹੀਂ, ਔਰ ਜਿਹੜੇ ਲੋਕ ਇਹ ਕਹਿ ਰਹੇ ਹੋਣ ਕਿ 55% ਵਿਰਾਸਤ ਟੈਕਸ ਲਗਾਵਾਂਗੇ ਔਰ ਉਹਦਾ ਪੈਸਾ ਖਾਸ ਮੁਸਲਮਾਨਾਂ ਨੂੰ ਦੇਵਾਂਗੇ, ਉਸ ਪਾਰਟੀ ਨੂੰ ਭਾਰਤ ਦੀ ਜਨਤਾ ਉਹਦਾ ਸੁਫੜਾ ਸਾਫ ਕਰਨ ਲਈ ਹੈ। ਸਾਡਾ ਕੌਨਸਟੀਟਿਊਸ਼ਨ ਕਹਿੰਦਾ ਕਿ ਤੁਸੀਂ SC OBC ST ਤੋਂ ਇਲਾਵਾ ਕਿਸੇ ਨੂੰ ਰੈਜ਼ਰਵੇਸ਼ਨ ਨਹੀਂ ਦੇ ਸਕਦੇ। ਹੁਣ ਤਾਜ਼ਾ ਨਿਆਇਲੇ ਦਾ ਫੈਸਲਾ ਆਇਆ, ਅਸੀਂ 4 ਦਿਨ ਹੀ ਹੋਏ,
ਕਿ ਮੁਸਲਿਮਸ ਨੂੰ ਧਰਮ ਦੇ ਆਧਾਰ 'ਤੇ ਆਰਕਸ਼ਣ ਨਹੀਂ ਦਿੱਤਾ ਜਾ ਸਕਦਾ। ਔਰ ਮੈਂ ਦੁਰਭਾਗ ਹੈ ਕਿ ਬੰਗਾਲ ਦੀ ਮੁੱਖ ਮੰਤਰੀ ਨਿਆਇਲੇ ਦੇ ਉਸ ਫੈਸਲੇ ਨੂੰ ਮੰਨਣ ਨੂੰ ਤਿਆਰ ਨਹੀਂ, ਲੇਕਿਨ ਇਹ ਬਾਈਂਡਿੰਗ ਹੈ ਮੈਡਮ ਮਮਤਾ ਬੈਨਰਜੀ, ਇਹ ਬਾਈਂਡਿੰਗ ਹੈ। ਔਰ ਜਿਨ੍ਹਾਂ ਲੋਕਾਂ ਨੇ ਆਪਣੇ ਘੋਸ਼ਣਾ ਪੱਤਰ 'ਚ ਘੋਸ਼ਣਾ ਕੀਤੀ ਹੈ ਕਿ ਮੁਸਲਮਾਨਾਂ ਨੂੰ ਆਰਕਸ਼ਣ ਦਿਆਂਗੇ, ਜਿੰਨੀ ਦੇਰ ਭਾਰਤੀ ਜਨਤਾ ਪਾਰਟੀ ਦਾ ਇੱਕ ਵੀ ਕਾਰਜਕਰਤਾ ਜਿੰਦਾ, ਦੇਸ਼ ਦੇ ਅੰਦਰ ਨਰਿੰਦਰ ਮੋਦੀ ਜੀ ਸਾਡੇ ਅਭਿਭਾਵਕ ਨੇ, ਸੰਵਿਧਾਨ ਨਾਲ ਛੇੜਛਾੜ ਨਹੀਂ ਹੋਣ ਦਿੱਤੀ ਜਾਏਗੀ। ਕਿਸੇ ਵੀ ਸੂਰਤ 'ਚ SC ST ਔਰ OBC ਦਾ ਅਧਿਕਾਰ ਨਰਿੰਦਰ ਮੋਦੀ ਜੀ ਔਰ ਭਾਰਤੀ ਜਨਤਾ ਪਾਰਟੀ ਛੀਨਣ ਨਹੀਂ ਦੇਗੀ। ਉਹਨਾਂ ਕੋਲੋਂ ਅਧਿਕਾਰ ਛੀਨ ਕੇ ਜਿਹੜਾ ਧਰਮ ਦੇ ਆਧਾਰ 'ਤੇ ਤੁਸੀਂ ਆਰਕਸ਼ਣ ਹੈ ਉਹ ਦੇਣ ਦੀ ਜਿਹੜੀ ਪਲੈਨਿੰਗ ਕਰ ਰਹੇ ਹੋ, ਇਹ ਦੁਰਭਾਗਪੂਰਨ ਹੈ। ਔਰ ਭਾਰਤੀ ਜਨਤਾ ਪਾਰਟੀ ਕਿਸੇ ਵੀ ਸੂਰਤ 'ਚ ਸੰਵਿਧਾਨ ਨਾਲ ਛੇੜਛਾੜ ਨਹੀਂ ਹੋਣ ਦੇਗੀ। ਔਰ ਆਰਕਸ਼ਣ ਦਾ ਅਧਿਕਾਰ SC ਭਾਈਚਾਰੇ ਦਾ, OBC ਭਾਈਚਾਰੇ ਦਾ ਅਤੇ ST ਭਾਈਚਾਰੇ ਦਾ, ਇਸ ਤੋਂ ਇਲਾਵਾ ਧਰਮ ਦੇ ਆਧਾਰ 'ਤੇ ਆਰਕਸ਼ਣ ਦੀ ਗੱਲ ਕਰਨਾ ਗੈਰ ਕਾਨੂੰਨੀ ਔਰ ਗੈਰ ਸੰਵਿਧਾਨਿਕ ਹੈ। ਔਰ ਕਾਂਗਰਸ ਇਹ ਕਰ ਰਹੀ ਹੈ, ਔਰ ਦੇਸ਼ ਦੀ ਜਨਤਾ ਜਿਹੜੀ ਡਾਕਟਰ ਭੀਮ ਰਾਵ ਅੰਬੇਦਕਰ ਨਾਲ ਪਿਆਰ ਕਰਨ ਵਾਲੀ ਜਨਤਾ, ਦੇਸ਼ ਦੇ ਸੰਵਿਧਾਨ ਨਾਲ ਪਿਆਰ ਕਰਨ ਵਾਲੀ ਜਨਤਾ ਕਾਂਗਰਸ ਨੂੰ ਸਬਕ ਸਿਖਾਏਗੀ। ਔਰ 4 ਤਰੀਕ ਨੂੰ ਜਦੋਂ ਪਰਿਣਾਮ ਆਏਗਾ, ਰਾਹੁਲ ਗਾਂਧੀ ਦੀ ਉਮਰ ਤੋਂ ਵੀ ਘੱਟ ਔਰ ਹੋ ਸਕਦਾ ਪਿਛਲੀ ਵਾਰ ਤੋਂ ਵੀ ਘੱਟ ਸੀਟਾਂ ਕਾਂਗਰਸ ਪਾਰਟੀ ਜਿੱਤੇਗੀ। ਤੁਸੀਂ ਗੱਲ ਕੀਤੀ ਕੇਜਰੀਵਾਲ ਸਾਹਿਬ ਦੀ, ਕੇਜਰੀਵਾਲ ਸਾਹਿਬ ਤਾਂ 60 ਸੀਟਾਂ ਹੀ 20 'ਤੇ ਚੁਣਾਵ ਲੜ ਰਹੇ। ਜਿਹੜਾ ਬੰਦਾ 20 ਸੀਟਾਂ 'ਤੇ ਚੁਣਾਵ ਲੜ ਰਿਹਾ, 543 ਦਾ ਹੌਸ ਹੈ, ਉਹ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਬਣੇਗਾ? ਇਹ ਸਾਰਾ ਮੁੰਗੇਰੀ ਲਾਲ ਦਾ ਹਸੀਨ ਸੁਪਨਾ ਦੇਖਣ ਵਾਲੇ ਲੋਕਾਂ ਦੀ ਦੁਨੀਆ ਹੈ। ਔਰ ਇਹ ਮੁੰਗੇਰੀ ਲਾਲ ਦਾ ਹਸੀਨ ਸੁਪਨਾ ਦੇਖਣ ਵਾਲੇ ਲੋਕ, ਚਾਹੇ ਉਹ ਤਾਮਿਲਨਾਡੂ 'ਚ ਕਰੁਣਾਨਿਧੀ ਪਰਿਵਾਰ ਹੋਵੇ, ਔਰ ਬਿਹਾਰ 'ਚ ਲਾਲੂ ਯਾਦਵ ਦਾ ਪਰਿਵਾਰ ਹੋਵੇ, ਤੇਲੰਗਾਨਾ 'ਚ KCR ਦਾ ਪਰਿਵਾਰ ਹੋਵੇ, ਮੁਲਾਇਮ ਸਿੰਘ ਯਾਦਵ ਜੀ ਦਾ ਪਰਿਵਾਰ UP 'ਚ ਹੋਵੇ, ਜਾਂ ਕੇਜਰੀਵਾਲ ਪਰਿਵਾਰ ਹੋਵੇ, ਇਹ ਸੁਪਨਾ ਹੀ ਰਹੇਗਾ। ਦੇਸ਼ ਨਰਿੰਦਰ ਮੋਦੀ ਜੀ ਦੇ ਮਜ਼ਬੂਤ ਹੱਥਾਂ 'ਚ ਆਏਗਾ। ਔਰ ਲੋਕ ਤਾਂ ਅੱਜ ਗੱਲਾਂ ਕਰ ਰਹੇ ਕੇਜਰੀਵਾਲ ਸਾਹਿਬ ਬਾਰੇ ਕਿ ਕੇਜਰੀਵਾਲ ਸਾਹਿਬ ਦਿੱਲੀ ਦੀ ਜਨਤਾ ਨੂੰ 1 ਤਰੀਕ ਨੂੰ ਗਿਫਟ ਦੇਣ ਵਾਲੇ ਹੈ। 1 ਤਰੀਕ ਦੀ ਪੋਲਿੰਗ ਤੋਂ ਬਾਅਦ ਉਹ ਗਿਫਟ ਹੋਣਾ ਹੈ, ਰਾਬੜੀ ਦੇਵੀ ਗਿਫਟ। ਤਰੁਣ ਜੀ, ਇੱਕ ਬਹੁਤ ਵੱਡਾ ਸਵਾਲ ਹੈ ਕਿ BJP ਆਖਿਰ ਇੰਨੀ ਕੌਨਫੀਡੈਂਟ ਕਿਉਂ ਆ? ਮੈਂ ਕਿਹਾ ਤੁਸੀਂ ਰਾਬੜੀ ਦੇਵੀ ਗਿਫਟ ਮਿਲਣ ਵਾਲਾ ਦਿੱਲੀ ਦੀ ਜਨਤਾ ਨੂੰ। ਕੇਜਰੀਵਾਲ ਸਾਹਿਬ ਆਪਣੀ ਵਾਈਫ ਨੂੰ, ਜਿਹੜੇ ਕੇਜਰੀਵਾਲ ਸਾਹਿਬ ਵੰਸ਼ਵਾਦ ਦੇ ਨਾਮ 'ਤੇ ਚੁਣਾਵ ਲੱਭ ਕੇ ਸਾਹਮਣੇ ਆਏ, ਅੱਜ ਪਲੈਨਿੰਗ ਹੋ ਰਹੀ ਹੈ ਕਿ ਜਦੋਂ 2 ਤਰੀਕ ਨੂੰ ਆਵਾਜ਼ ਪਏਗੀ ਤਿਹਾੜ ਜੇਲ੍ਹ 'ਚ ਕਿ ਕੇਜਰੀਵਾਲ ਹਾਜ਼ਰ ਹੋ, ਉਹ ਤਾਂ ਹੋਣਾ ਹੀ ਪੈਣਾ, ਅਤੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਦੇ ਪਦ 'ਤੇ ਨਵੀਂ ਰਾਬੜੀ ਦੇਵੀ ਮੁੱਖ ਮੰਤਰੀ ਬਣੇਗੀ, ਉਹਨਾਂ ਦੀ ਵਾਈਫ ਮੁੱਖ ਮੰਤਰੀ ਬਣੇਗੀ। ਤਰੁਣ ਜੀ, ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਰੈਲੀਆਂ ਚੱਲ ਰਹੀਆਂ ਅੱਜ ਕੱਲ੍ਹ, ਉਹਦਾ ਕਿੰਨਾ ਕੁ ਇੰਪੈਕਟ ਤੁਹਾਨੂੰ ਦਿਖ ਰਿਹਾ? ਬਹੁਤ ਇੰਪੈਕਟ ਹੈ, ਮੈਂ ਦੇਖ ਕੇ ਰਹਾ ਨਾ, ਲੋਕ ਇੰਨੀ ਤਪਸ਼ 'ਚ, 45 ਡਿਗਰੀ ਟੈਂਪਰੇਚਰ 'ਚ ਦੁਪਹਿਰ ਵੱਲੇ, ਚਾਹੇ ਉਹ ਗੁਰਦਾਸਪੁਰ ਹੋਵੇ, ਚਾਹੇ ਜਲੰਧਰ ਹੋਵੇ, ਜਾਂ ਪਟਿਆਲਾ ਹੋਵੇ, ਕੜਕ ਦੀ ਧੁੱਪ 'ਚ ਮੋਦੀ ਸਾਹਿਬ ਨੂੰ ਸੁਣਨ ਵਾਸਤੇ ਬੈਠੇ, 2-2 ਘੰਟੇ ਇੰਤਜ਼ਾਰ ਕਰ ਰਹੇ। ਔਰ ਪ੍ਰਧਾਨ ਮੰਤਰੀ ਮੋਦੀ ਜੀ ਦਾ ਕਿੰਨਾ ਪ੍ਰੇਮ ਹੈ ਲੋਕਾਂ ਦੇ ਮਨ 'ਚ, ਮੋਦੀ ਦੇਸ਼ ਦੇ ਵਾਸਤੇ ਇੱਕ ਕ੍ਰਾਂਤੀ ਦਾ ਨਾਮ ਹੈ,
ਜਿਹੜੀ ਕਰਪਸ਼ਨ ਦੇ ਖਿਲਾਫ ਲੜਾਈ ਲੜ ਰਹੀ ਹੈ। ਮੋਦੀ ਇੱਕ ਕ੍ਰਾਂਤੀ ਹੈ ਜਿਹੜਾ ਗਰੀਬੀ ਦੇ ਖਿਲਾਫ ਲੜ ਰਹੀ ਹੈ। ਪਰ ਤੁਸੀਂ ਪੰਜਾਬ ਦੀ ਆਪਾਂ ਗੱਲ ਕਰ ਰਹੇ ਹਾਂ, ਪੰਜਾਬ ਦੇ ਵਿੱਚ ਲੱਗਦਾ ਕਿ ਆਪਾਂ ਓਨੀਆਂ ਕੁ ਸੀਟਾਂ ਜਿੱਤ ਜਾਵਾਂਗੇ ਜਿੰਨੀਆਂ ਕੁ ਸਾਨੂੰ ਆਪਾਂ ਉਮੀਦ ਰੱਖੀ ਹੋਈ ਹੈ? ਐਸਾ ਕਿ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਤੋਂ ਔਰ ਕਾਂਗਰਸ ਤੋਂ ਬਹੁਤ ਦੁਖੀ ਹੈ। ਪਰ ਆਪਣਾ ਗਠਬੰਧਨ ਨਹੀਂ ਹੈਗਾ ਇਸ ਟਾਈਮ, ਵਿਕਲਪ ਅਕਾਲੀ ਦਲ ਨਨਣ ਵੈਲ ਹੋ ਚੁੱਕਾ ਪੰਜਾਬ 'ਚ। ਜਦੋਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸੰਪਰਦਾਇਕਤਾ ਭਰਿਆ ਬਿਆਨ ਦਿੰਦੇ ਨੇ, ਮੈਂ ਦੁੱਖ ਹੁੰਦਾ ਹੈ। ਪਰ ਤਰੁਣ ਜੀ, ਜਦੋਂ 9 ਮਾਸ ਵਾਲਾ ਅਕਾਲੀ ਦਲ, ਜਦੋਂ ਉਹ ਇਹ ਕਹਿੰਦੇ ਨੇ ਕਿ ਉਹ ਸਿੱਖ ਨਹੀਂ ਜਿਹੜਾ ਸ਼੍ਰੋਮਣੀ ਅਕਾਲੀ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਵੋਟ ਦੇਵੇ, ਤਾਂ ਮੈਂ ਸੋਚਣਾ ਸੁਖਬੀਰ ਜੀ ਤੁਹਾਡੇ ਇਸ ਬਿਆਨ ਨੂੰ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਵਰਗਾਂ 'ਚ ਸੁਣਦੇ ਹੋਣਗੇ, ਉਹ ਕਿੰਨੇ ਦੁਖੀ ਹੋਣਗੇ ਕਿ ਜਿਸ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ ਭਾਜਪਾ ਨਾਲ ਮਿਲ ਕੇ ਪੰਜਾਬ 'ਚ ਹਿੰਦੂ ਸਿੱਖ ਭਾਈਚਾਰੇ ਦੀ ਨੀਂਹ ਰੱਖੀ, ਉਸ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਿਹੜੇ ਡ੍ਰੀਮ ਸੀ, ਉਹਨਾਂ ਦੀ ਜਿਹੜੀ ਸੋਚ ਸੀ, ਸੁਖਬੀਰ ਬਾਦਲ ਜੀ ਨੇ ਮੰਨਿਆ। ਤੁਸੀਂ ਅੱਜ ਬਹੁਤ ਪਿੱਛੇ ਰਹਿ ਗਏ, ਹਾਰ ਰਹੇ ਹੋ, ਲੇਕਿਨ ਤੁਸੀਂ ਤਾਂ ਆਪਣੇ ਫਾਦਰ ਸਾਹਿਬ ਦੀ, ਆਪਣੀ ਪਾਰਟੀ ਦੇ ਫਾਊਂਡਰ ਦੀ ਸੋਚ ਦੇ ਵਿਪਰੀਤ ਹੀ ਬਿਆਨ ਦੇ ਦਿੱਤਾ। ਔਰ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ, ਜਦੋਂ ਬੀਬਾ ਜੀ ਨਰਿੰਦਰ ਮੋਦੀ ਜੀ ਦੀ ਕੈਬਨਿਟ 'ਚ 8 ਸਾਲ ਵਜ਼ੀਰ ਰਹੇ ਤਾਂ ਭਾਰਤੀ ਜਨਤਾ ਪਾਰਟੀ ਠੀਕ ਹੈ, ਉਦੋਂ ਉਹ ਸਿੱਖਾਂ ਦੀ ਹਮਦਰਦ ਪਾਰਟੀ ਹੈ। ਜਦੋਂ ਅਸੀਂ ਮਿਲ ਕੇ ਪੰਜਾਬ 'ਚ ਸਰਕਾਰ ਚਲਾਈਏ 97 ਤੋਂ 2002, 2007 ਤੋਂ 2017, 18 ਇਲੈਕਸ਼ਨ ਮਿਲ ਕੇ ਲੜੀਏ ਤਾਂ ਭਾਰਤੀ ਜਨਤਾ ਪਾਰਟੀ ਸਿੱਖਾਂ ਦੀ ਹਮਦਰਦ ਪਾਰਟੀ ਹੈ। ਜਦੋਂ ਕਰਤਾਰਪੁਰ ਕੋਰੀਡੋਰ ਖੋਲ੍ਹਣ ਦਾ ਮੋਦੀ ਸਾਹਿਬ ਨੇ ਫੈਸਲਾ ਕੀਤਾ ਔਰ ਮੋਦੀ ਸਾਹਿਬ ਨੇ ਉਹ ਕਰਕੇ ਦਿਖਾ ਦਿੱਤਾ, ਪੰਜਾਬ ਦੇ ਅੰਦਰ ਗੁਰਦੁਆਰਾ ਸਰਕਲੋ ਰੋਡ ਬਣਾ ਤੀ, ਹਰਿਮੰਦਰ ਸਾਹਿਬ ਦੇ ਆਸ ਪਾਸ ਹੈਰੀਟੇਜ ਵਾਕ ਕ੍ਰੀਏਟ ਕੀਤੀ, ਗੋਬਿੰਦਗੜ੍ਹ ਦਾ ਕਿਲ੍ਹਾ ਬਣਾਇਆ, ਕਿਲ੍ਹੇ ਦਾ ਮਾਫੀ ਚਾਹੁੰਦਾ, ਗੋਬਿੰਦਗੜ੍ਹ ਕਿਲ੍ਹੇ ਨੂੰ ਜਨਤਾ ਸਿੱਖ ਵੱਡਾ ਖੋਲ੍ਹਿਆ ਵੀ ਔਰ ਜਨਤਾ ਵਾਸਤੇ ਇੱਕ ਜਗ੍ਹਾ ਬਣਾਈ, ਬਾਰਡਰ ਦੇ ਉੱਤੇ ਸਟੇਡੀਅਮ ਬਣਾਏ, ਉਹ ਸਾਰਾ ਜੰਗੇ ਆਜ਼ਾਦੀ ਉਹ ਸਾਰਾ ਕੰਮ ਮੋਦੀ ਸਾਹਿਬ ਨੇ ਪੰਜਾਬ 'ਚ ਕੀਤਾ, ਉਦੋਂ ਕੁਛ ਗੱਲ ਨਹੀਂ। ਜਦੋਂ ਅਸੀਂ ਅਲੱਗ ਇਲੈਕਸ਼ਨ ਲੜ ਰਹੇ ਹਾਂ ਅਤੇ ਸਾਨੂੰ ਵੋਟ ਪਾਉਣ ਵਾਲਾ ਸਿੱਖ ਨਹੀਂ ਰਹਿੰਦਾ। ਮੈਂ ਪੁੱਛਣਾ ਚਾਹੁੰਦਾ ਸੁਖਬੀਰ ਬਾਦਲ ਜੀ ਨੂੰ ਕਿ ਪੰਜਾਬ ਦੀ ਤਰੱਕੀ ਵਾਸਤੇ ਜਿੰਨਾ ਕੰਮ ਮੋਦੀ ਸਾਹਿਬ ਨੇ ਕੀਤਾ ਹੈ ਔਰ ਬੀਬਾ ਜੀ ਉਹ 'ਚ ਰਹਿੰਦੇ ਨੇ ਤਾਂ ਸਭ ਠੀਕ ਹੈ, ਵਾਜਪੇਈ ਸਰਕਾਰ 'ਚ ਸੁਖਬੀਰ ਜੀ ਬਰਨਾਲਾ ਸਾਹਿਬ ਢੀਂਡਸਾ ਸਾਹਿਬ ਮੰਤਰੀ ਰਹਿੰਦੇ ਨੇ, ਸਭ ਠੀਕ ਹੈ। ਔਰ ਖੁਦ ਅਕਾਲ ਤਖਤ 'ਤੇ ਬੁਲਾ ਕੇ ਗੁਰੂ ਸਾਹਿਬ ਦੀ ਹਾਜ਼ਰੀ 'ਚ ਜੋ ਹਰਿਮੰਦਰ ਸਾਹਿਬ ਦੇ ਅੰਦਰ ਬੈਠ ਕੇ ਮੋਦੀ ਸਾਹਿਬ ਨੇ, ਚਾਹੇ ਉਹ ਲੰਗਰ ਵੰਡਣ ਦੀ ਗੱਲ ਹੋਵੇ, ਚਾਹੇ ਉੱਥੇ ਹਾਜ਼ਰੀ ਭਰਨ ਦੀ ਗੱਲ ਹੋਵੇ, ਚਾਹੇ ਕਿਸੇ ਵੀ ਸਮਾਂ ਹੋਵੇ ਹਰ ਗੁਰਪੁਰਬ 'ਤੇ ਉੱਥੇ ਪਹੁੰਚਣ ਦੀ ਗੱਲ ਹੋਵੇ, ਈਵਨ ਕਈ ਖਿਤਾਬਾਂ ਦੇ ਨਾਲ ਸ਼੍ਰੀ ਨਰਿੰਦਰ ਮੋਦੀ ਸਾਹਿਬ ਨੂੰ ਗੁਰੂ ਦਾ ਅਸੀਸ ਵੀ ਮਿਲਿਆ, ਆਸ਼ੀਰਵਾਦ ਵੀ ਮਿਲਿਆ।
ਉਹ ਆਸ਼ੀਰਵਾਦ ਵੀ ਅੱਜ ਹੈਗੇ ਨੇ ਔਰ ਕੋਈ ਜ਼ਿਆਦਾ ਪੁਰਾਣੇ ਨਹੀਂ। ਔਰ ਤੁਹਾਡਾ ਇਹ ਬਿਆਨ ਪੰਜਾਬ ਦੇ ਅੰਦਰ ਸੰਪਰਦਾਇਕਤਾ ਪੈਦਾ ਕਰਨ ਦੀ ਕੋਸ਼ਿਸ਼ ਹੈ, ਹਿੰਦੂ ਸਿੱਖ ਭਾਈਚਾਰੇ ਨੂੰ ਵੰਡਣ ਦੀ ਕੋਸ਼ਿਸ਼ ਹੈ। ਮੈਂ ਸਮਝਣਾ ਇਹ ਪ੍ਰਯਾਸ ਕਾਮਯਾਬ ਨਹੀਂ ਹੋ ਸਕਦਾ ਔਰ ਇਹਦੀ ਜਿੰਨੀ ਨਿਖੇਧੀ ਕੀਤੀ ਜਾਏ ਉਨੀ ਘੱਟ। ਤਰੁਣ ਜੀ, ਇਹ ਤੁਸੀਂ ਜਿਹੜੇ ਸਟੇਟਮੈਂਟ ਦੇ ਰਹੇ ਹੋ, ਇਹ ਉਹ ਉਸ ਪਾਰਟੀ ਬਾਰੇ ਦੇ ਰਹੇ ਹੋ ਜਿਹੜੀ ਤੁਹਾਡੇ ਨੌਂ ਦੇ ਨਾਲ ਮਾਸ ਅਤੇ ਮਾਸ ਦੇ ਨਾਲ ਨੌਂ ਰਹੀ ਹੈ? ਮੈਂ ਤਾਂ ਕਹਿ ਰਿਹਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਦੁਖੀ ਹੁੰਦੇ ਹੋਣਗੇ ਜੇ ਮੈਂ ਦੁਖੀ ਹੋਇਆ। ਅਕਾਲੀ ਦਲ ਦੇ ਅੰਦਰ ਕਈ ਵੱਡੇ ਵੱਡੇ ਲੀਡਰ ਦੁਖੀ ਹੁੰਦੇ ਹੋਣਗੇ ਕਿ ਸੁਖਬੀਰ ਬਾਦਲ ਜੀ ਨੇ ਇਹ ਕੀ ਬਿਆਨ ਦੇ ਦਿੱਤਾ। ਪਰ ਕੱਲ੍ਹ ਨੂੰ ਜੇ ਇਲੈਕਸ਼ਨਾਂ ਤੋਂ ਬਾਅਦ ਤੁਹਾਨੂੰ ਅਕਾਲੀ ਦਲ ਦੀ ਕਿਤੇ ਖੁਦਾ ਨਾ ਖਾਸਤਾ ਲੋੜ ਪੈ ਗਈ, ਦੋ ਚਾਰ ਸੀਟਾਂ ਜੇ ਜਿੱਤ ਗਏ, ਭਾਰਤੀ ਜਨਤਾ ਪਾਰਟੀ ਤੁਹਾਡੀ ਸਟੇਟਮੈਂਟ ਬੜੀ, ਮੈਂ ਤੁਹਾਡੇ ਕੈਮਰੇ 'ਤੇ ਸਟੇਟਮੈਂਟ ਦੇ ਰਿਹਾ, ਕਦੀ ਵੀ ਪੰਜਾਬੀ ਭਾਈਚਾਰੇ ਦੀ ਦੇ ਵਿੱਚ ਕੋਈ ਫਾੜ ਪਾਉਣ ਦੀ ਗੱਲ ਆਏਗੀ ਤਾਂ ਭਾਰਤੀ ਜਨਤਾ ਪਾਰਟੀ ਪੰਜਾਬੀ ਭਾਈਚਾਰੇ ਨਾਲ ਖੜ੍ਹੀ ਹੋਏਗੀ, ਹਿੰਦੂ ਸਿੱਖ ਭਾਈਚਾਰੇ ਨਾਲ ਖੜ੍ਹੀ ਹੋਏਗੀ। ਔਰ ਇਹ ਸਾਡਾ ਇਤਿਹਾਸ ਹੈ, ਅਸੀਂ ਕਦੀ ਵੀ ਪੰਜਾਬੀ ਭਾਈਚਾਰੇ 'ਚ ਫੁੱਟ ਪਵੇ, ਹਿੰਦੂ ਸਿੱਖ 'ਚ ਫੁੱਟ ਪਵੇ, ਇਹ ਬਰਦਾਸ਼ਤ ਨਹੀਂ ਕਰ ਸਕਦੇ। ਪੰਜਾਬ ਨੂੰ ਲੈ ਕੇ ਬੀਜੇਪੀ ਦਾ ਵਿਜ਼ਨ ਕੀ ਹੈ, ਕੀ ਪਲਾਨਿੰਗ ਕੀ ਹੈ, ਕਿੱਦਾਂ? ਐਸਾ ਕਿ ਪੰਜਾਬ ਦੇ ਅੰਦਰ ਨਸ਼ਿਆਂ ਦਾ ਖਾਤਮਾ ਬਹੁਤ ਜ਼ਰੂਰੀ ਹੈ। ਨਸ਼ਿਆਂ ਦੇ ਨਾਂ 'ਤੇ ਰਾਜਨੀਤੀ ਬਹੁਤ ਹੋਈ। ਹਾਂਜੀ, ਨਸ਼ਿਆਂ ਦੇ ਨਾਂ 'ਤੇ ਤੁਸੀਂ ਹੈਰਾਨ ਕਰਦੇ ਪਏ ਮੈਨੂੰ ਗੱਲ ਨੂੰ। ਇਹ ਜਿਹੜੇ ਲੋਕ ਰੋਜ਼ ਅਖਬਾਰਾਂ 'ਚ ਆ ਰਿਹਾ ਮਰਦੇ ਪਏ ਨੇ, ਕੋਈ ਨਸ਼ਾ ਵੇਚਦਾ ਤਾਂ ਪੀਂਦੇ ਨੇ? ਇਹ ਅਕਾਲੀ ਭਾਜਪਾ ਸਰਕਾਰ ਤੋਂ ਬਾਅਦ ਸ਼ੁਰੂ ਹੋਏ ਨੇ। ਐਸਾ ਕਿ ਇਹਦੇ ਵਾਸਤੇ ਅੱਜ ਜੋ ਹਾਲਾਤ ਨੇ, ਜਿਹੜੀ ਸਰਕਾਰ ਅੱਜ ਬਣੀ, ਉਸ ਸਰਕਾਰ ਨੇ, ਝਾੜੂ ਪਾਰਟੀ ਨੇ ਨਸ਼ਿਆਂ ਦੇ ਖਿਲਾਫ਼ ਇੱਕ ਜੰਗ ਦਾ ਆਹਵਾਨ ਕੀਤਾ ਸੀ। ਔਰ ਮੈਨੂੰ ਯਾਦ ਆ ਬੜੀ ਟਿਕਚਰਾਂ ਕਰਦੇ ਹੁੰਦੇ ਸੀ ਭਗਵੰਤ ਮਾਨ ਸਾਹਿਬ ਕਿ ਟੈਚੀ ਫਲਾਨੀ ਕੋਠੀ ਜਾਂਦਾ, ਟੈਚੀ ਫਲਾਨੀ ਕੋਠੀ ਜਾਂਦਾ। ਭਗਵੰਤ ਮਾਨ ਸਾਹਿਬ ਹੁਣ ਕਿਹੜੀ ਕੋਠੀ ਟੈਚੀ ਜਾਂਦਾ ਹੈ? ਹੁਣ ਮਾਫੀਆ ਦਾ ਸਰਗਨਾ ਕਿਹੜੀ ਕੋਠੀ ਨੰਬਰ 'ਚ ਬਹਿੰਦਾ? ਹੁਣ ਡਰੱਗ ਡੀਲਰਸ ਕਿਉਂ ਨਹੀਂ ਫੜੇ ਜਾਂਦੇ? ਹੁਣ ਡਰੱਗ ਮਾਫੀਏ ਨੂੰ ਅਸੀਂ ਕੰਟਰੋਲ ਕਿਉਂ ਨਹੀਂ ਕਰ ਪਾਏ? ਅੱਜ ਖਨਨ ਕਿਉਂ ਨਹੀਂ ਰੁਕ ਪਾਇਆ? ਅੱਜ ਪੰਜਾਬ ਦੇ ਅੰਦਰ ਰੋਡ ਮਾਫੀਆ ਹਜੇ ਵੀ ਜ਼ਿੰਦਾ, ਟਰਾਂਸਪੋਰਟ ਮਾਫੀਆ ਹਜੇ ਵੀ ਜ਼ਿੰਦਾ, ਕੇਬਲ ਮਾਫੀਆ ਹਜੇ ਵੀ ਜ਼ਿੰਦਾ, ਸਾਰੇ ਮਾਫੀਆ ਜ਼ਿੰਦਾ ਨੇ। ਔਰ ਉਹ ਟੈਚੀ ਕਿਹਨਾਂ ਕੋਠੀਆਂ ਜਾ ਰਹੇ ਨੇ ਜਨਤਾ ਜਾਣਨਾ ਚਾਹੁੰਦੀ ਹੈ। ਪਰ ਬੀਜੇਪੀ ਦੇ ਕੋਲ ਕੀ ਰੋਡ ਮੈਪ ਹੈ ਪੰਜਾਬ ਲਈ? ਡਰੱਗਸ ਦੀ ਤਾਂ ਤੁਸੀਂ ਗੱਲ ਕਰਤੀ। ਅਸੀਂ ਪੰਜਾਬ ਦੇ ਅੰਦਰ ਫਾਰਮਿੰਗ, ਇੰਡਸਟਰੀ, ਕਾਮਰਸ ਔਰ ਸਰਵਿਸ ਸੈਕਟਰ, ਇਹ ਚਾਰ ਇੱਕ ਚੇਨ ਨੇ, ਅਲੱਗ ਅਲੱਗ ਨੇ। ਇਹ ਚਾਰਾਂ ਨੂੰ ਇਕੱਠਾ ਰੱਖ ਕੇ ਕਿ ਸਾਨੂੰ ਕੀ ਜਿਹੜਾ ਪੈਦਾ ਹੋ ਰਿਹਾ ਉਹਦੀ ਇੰਡਸਟਰੀ ਹੋਣੀ ਚਾਹੀਦੀ, ਜਿਹੜੀ ਸਾਡੀ ਇੱਥੋਂ ਦੀ ਉਪਜ ਹੈ ਉਹਦੀ ਇੰਡਸਟਰੀ ਹੋਵੇ, ਉਸ ਇੰਡਸਟਰੀ ਦੀ ਅੱਗੇ ਕਾਮਰਸ ਹੋਵੇ, ਵਪਾਰ ਹੋਵੇ, ਉਸ ਕਾਮਰਸ ਦਾ ਅੱਗੇ ਮਾਰਕੀਟਿੰਗ ਹੋਵੇ, ਸਰਵਿਸ ਸੈਕਟਰ ਹੋਵੇ, ਪੰਜਾਬ ਖੁਸ਼ਹਾਲੀ ਦੀ ਲੀਗਾਂ 'ਤੇ ਪਹੁੰਚ ਸਕਦਾ ਹੈ। ਪੰਜਾਬ 'ਚ ਬਹੁਤ ਪੋਟੈਂਸ਼ੀਅਲ ਹੈ, ਲੇਕਿਨ ਦੁਰਭਾਗ ਹੈ ਕਿ ਪੰਜਾਬ ਦੀ ਸਰਕਾਰ ਕੋਲ ਵਿਜ਼ਨ ਨਹੀਂ। ਮੈਨੂੰ ਦੱਸੋ, ਕੋਈ ਅੱਜ ਇੰਡਸਟਰੀਅਲ ਪੋਲਿਸੀ ਹੈ ਪੰਜਾਬ ਸਰਕਾਰ ਦੀ? ਸਵੇਰੇ ਕੋਈ ਨੌਜਵਾਨ ਇੰਡਸਟਰੀ ਲਗਾਉਣਾ ਚਾਹੇ, ਕਾਮਰਸ ਲਗਾਉਣਾ ਚਾਹੇ, ਆਪਣੀ ਖੇਤੀ ਨੂੰ ਇੰਟਰਨੈਸ਼ਨਲ ਲੈਵਲ 'ਤੇ ਕੋਈ ਚੀਜ਼ ਇੱਥੇ ਲਿਆ ਕੇ ਉਪਜ ਕਰਕੇ ਬਾਹਰ ਭੇਜਣਾ ਚਾਹੇ, ਕੋਈ ਸਰਕਾਰ ਤੋਂ ਕੋਈ ਪੋਲਿਸੀ ਹੈ? ਕੋਈ ਸਰਵਿਸ ਸੈਕਟਰ ਅਸੀਂ ਬਚਿਆ? ਅੱਜ ਪੰਜਾਬ ਦੇ ਬੱਚੇ ਜਾ ਕੇ ਬੈਂਗਲੋਰ ਨੌਕਰੀ ਕਰ ਰਹੇ ਹੈ IT 'ਚ, ਸਰਵਿਸ ਸੈਕਟਰ 'ਚ, ਹੈਦਰਾਬਾਦ ਕਰ ਰਹੇ, ਗੁੜਗਾਓਂ ਕਰ ਰਹੇ, ਈਵਨ ਪੰਚਕੂਲੇ ਜਾ ਕੇ ਕਰ ਰਹੇ। ਸਾਡਾ ਮੁਹਾਲੀ ਫੇਲ ਹੋ ਗਿਆ, ਸਾਡਾ ਲੁਧਿਆਣਾ ਫੇਲ ਹੋ ਗਿਆ, ਸਾਡਾ ਜਲੰਧਰ ਫੇਲ ਹੋ ਗਿਆ, ਸਾਡਾ ਸਰਵਿਸ ਸੈਕਟਰ ਜਿੰਨਾ ਵੀ ਪੰਜਾਬ ਦੇ ਮੈਟਰੋਸ 'ਚ ਹੈਗਾ ਸੀ ਟੋਟਲ ਫੇਲ ਹੋ ਗਿਆ। ਔਰ ਪੰਜਾਬ
ਚਾਰਾਂ ਹੀ ਫਰੰਟਾਂ 'ਤੇ, ਫਾਰਮਿੰਗ, ਇੰਡਸਟਰੀ, ਕਾਮਰਸ ਔਰ ਸਰਵਿਸ। ਇਹਨੂੰ ਇੰਪਾਵਰਡ ਕਰਨ ਦੀ ਲੋੜ ਹੈ, ਇਹਨੂੰ ਸੁਰੱਖਸ਼ਣ ਦੀ ਲੋੜ ਹੈ, ਇਹਦੇ 'ਤੇ ਪੋਲਸੀ ਦੀ ਲੋੜ ਹੈ, ਮਾਸਟਰ ਪਲੈਨਿੰਗ ਦੀ ਲੋੜ ਹੈ। ਲੇਕਿਨ ਦੁਰਭਾਗ ਹੈ, ਕਿਸੇ ਨੂੰ ਲੱਗਦਾ ਚੁਟਕਲੇ ਸੁਣਾ ਕੇ ਸਰਕਾਰ ਚੱਲ ਸਕਦੀ ਹੈ ਔਰ ਸਮੱਸਿਆ ਦਾ ਹੱਲ ਹੋ ਸਕਦਾ। ਸੋਚਣਾ ਪਏਗਾ, ਪੰਜਾਬ ਨੂੰ ਵਿਚਾਰ ਕਰਨਾ। ਤਰੁਣ ਜੀ, ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ, ਉਹ ਮੁਫਤ ਬਿਜਲੀ ਦੇ ਰਹੀ ਹੈ, ਇੱਕ ਬਹੁਤ ਵੱਡਾ ਲੋਕਾਂ ਨੂੰ ਉਹਦਾ ਫਾਇਦਾ ਹੋ ਰਿਹਾ, ਉਹਨੂੰ ਤੁਸੀਂ ਕਿੱਦਾਂ ਨਿਗਲੈਕਟ? ਬਿਜਲੀ ਦੇ ਰਹੀ, ਮੁਫਤ ਤੋਂ ਬਾਅਦ ਚੋਂ ਬਿਜਲੀ ਆ ਰਹੀ, ਬਿਜਲੀ ਤੁਸੀਂ ਥੋੜ੍ਹਾ ਜਿਹਾ ਸ਼ਹਿਰਾਂ 'ਚ ਚੁਣਾਵ ਕਾਰਨ, ਕਸਬਿਆਂ 'ਚ ਜਾ ਕੇ ਅੱਜ ਵੀ ਬੁਰਾ ਹਾਲ ਹੈ, ਔਰ ਕਸਬਿਆਂ ਤੋਂ ਥੋੜ੍ਹਾ ਛੋਟੇ ਕਸਬਿਆਂ ਵੱਲ ਚਲੇ ਜਾਈਏ ਤਾਂ ਬਹੁਤ ਹੀ ਬੁਰਾ ਹਾਲ ਹੈ। ਮੈਂ ਸਵੇਰੇ ਇੱਕ ਮੀਟਿੰਗ ਲੈ ਕੇ ਆਇਆ ਵਰਿੰਦਾਵਨ ਗਾਰਡਨ ਅੰਮ੍ਰਿਤਸਰ, ਲਗਭਗ 350-400 ਘਰ ਵਾਲੇ ਲੋਕ ਇਕੱਠੇ ਹੋ ਕੇ ਆਏ ਕਿ ਐਡੀ ਵੱਡੀ ਕਲੋਨੀ ਹੈ ਅੰਮ੍ਰਿਤਸਰ ਸ਼ਹਿਰ ਦੀ, ਬਿਜਲੀ ਦੇ ਕੱਟ ਹੈ, ਔਰ ਬਿਜਲੀ ਤਾਂ ਫਰੀ ਤਾਂ ਹੋਊਗੀ, ਵਾਅਦਾ ਤਾਂ ਕੀਤਾ ਸੀ ਹਰ ਘਰ ਬਿਜਲੀ ਫਰੀ, ਮੋਦੀ ਸਾਹਿਬ ਨੇ ਕਿਹਾ ਕਿ ਮੈਂ ਹਰ ਗਰੀਬ ਦੇ ਘਰ 'ਤੇ ਸੋਲਰ ਲਗਾਵਾਂਗਾ ਔਰ ਸੋਲਰ ਤੋਂ ਆਉਣ ਵਾਲੀ ਬਿਜਲੀ ਨਾਲ ਉਸ ਘਰ ਦੀ ਬਿਜਲੀ ਨੂੰ ਫਰੀ ਕਰਾਂਗਾ। ਅਸੀਂ ਕਿਸ ਤਰ੍ਹਾਂ ਹੋਏਗਾ ਇਹ ਦੱਸ ਨਹੀਂ ਪਾਉਂਦੇ, ਲੇਕਿਨ ਭਾਰਤੀ ਜਨਤਾ ਪਾਰਟੀ ਦੀ ਕਲੈਰਿਟੀ ਹੈ ਕਿ 80 ਕਰੋੜ ਲੋਕਾਂ ਨੂੰ 5 ਸਾਲ ਅਨਾਜ ਦਿਆਂਗੇ, 14 ਕਰੋੜ ਲੋਕਾਂ ਦੇ ਘਰ 'ਚ ਪੀਣ ਦਾ ਪਾਣੀ ਪਹੁੰਚਾਇਆ, ਦੇਸ਼ ਦੇ ਅੰਦਰ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਹਰ ਘਰ ਟੋਇਲਟ ਬਣਿਆ ਸੀ, ਹਰ ਘਰ ਸੋਲਰ ਲੱਗੇਗਾ, ਤਾਂ ਕਿ ਅਸੀਂ ਸੋਲਰ ਲਾਈਟ ਨਾਲ ਉਹਦੇ ਘਰ ਦੀ ਬਿਜਲੀ ਦਾ ਬਿੱਲ, ਇਹ ਨਹੀਂ ਕਿ ਪਾਵਾਸਾ ਦਾ ਬਿੱਲ ਤਰੁਣ ਚੁੱਕ 'ਤੇ ਪਾ ਦਿਓ, ਤਰੁਣ ਚੁੱਕ ਦਾ ਬਿੱਲ ਪਾਵਾ ਸਾਹਿਬ 'ਤੇ ਪਾ ਦਿਓ, ਘੁੰਮਣ ਘੇਰੀਆਂ ਨਾਲ ਸਟੇਟ ਨਹੀਂ ਚੱਲ ਸਕਦੀ। ਸਾਨੂੰ ਪੰਜਾਬ ਨੂੰ ਆਪਣੀ ਤਾਕਤ ਪਹਿਚਾਣਨੀ ਪਏਗੀ, ਸਾਡੀ ਜਿਹੜੀ ਤਾਕਤ ਹੈ ਉਹਨੂੰ ਅਸੀਂ ਚੈਨਲਾਈਜ਼ ਕਰਨਾ ਪਏਗਾ, ਉਸ ਚੈਨਲਾਈਜ਼ ਨੂੰ ਸੁਰੱਖਸ਼ਣ ਦੇਣਾ ਪਏਗਾ। ਜਿਸ ਤਰ੍ਹਾਂ ਕੋਈ ਪਹਿਲੇ ਦੇਖਣਾ ਪਏਗਾ ਜ਼ਮੀਨ ਕੀ ਹੈ, ਕਿਹੜਾ ਬੂਟਾ ਲਾਉਣਾ, ਫਿਰ ਉਹਨੂੰ ਕਿਸ ਤਰ੍ਹਾਂ ਸੁਰੱਖਿਅਤ ਦੇਣਾ, ਕੋਈ ਡੰਗਰ ਨਾ ਖਾ ਜਾਏ, ਕੋਈ ਇਹ ਪਲੈਨਿੰਗ ਹੁੰਦੀ ਹੈ, ਮਾਸਟਰ ਪਲੈਨ ਬਣਦੇ ਨੇ ਸਟੇਟਾਂ ਦੇ। ਲੇਕਿਨ ਦੁਰਭਾਗ ਹੈ ਕਿ ਪੰਜਾਬ ਜਿਨ੍ਹਾਂ ਹੱਥਾਂ 'ਚ ਹੈ ਉਹਨਾਂ ਲੋਕਾਂ ਦਾ ਵਿਜ਼ਨ ਨਹੀਂ, ਉਹਨਾਂ ਲੋਕਾਂ ਨੇ ਕਦੀ ਸਰਕਾਰਾਂ ਨਹੀਂ ਚਲਾਈਆਂ। ਸ਼ਰਾਬ ਘੁਟਾਲਾ, ਜਿੱਡਾ ਵੱਡਾ ਘੁਟਾਲਾ ਦਿੱਲੀ 'ਚ ਹੋਇਆ, ਇਹ ਪੰਜਾਬ 'ਚ ਵੀ ਇਸ ਤਰ੍ਹਾਂ ਦਾ ਹੀ ਪਲੈਨ ਹੈ। ਪਰਤਾਂ ਜਦੋਂ ਖੁੱਲ੍ਹਣਗੀਆਂ ਤਾਂ ਕਈ ਸਿਆਰ ਸਾਹਮਣੇ ਆਉਣਗੇ। ਤਰੁਣ ਜੀ, ਪੰਜਾਬ ਦੇ ਵਿੱਚ 13 ਸੀਟਾਂ ਦੇ ਵਿੱਚੋਂ 13 ਸੀਟਾਂ ਆਮ ਆਦਮੀ ਪਾਰਟੀ ਜਿੱਤ ਰਹੀ ਹੈ, ਇਹ ਦਾਵਾ ਕਰ ਰਹੇ ਨੇ ਦਿੱਲੀ ਦੇ ਸੀ ਦਾਵੇ ਦਾ ਨਾਂ ਕੀ ਹੈ? ਉਹਨਾਂ ਨੇ ਕਿਸੇ ਮੀਡੀਆ ਦੇ ਵਿੱਚ ਬਕਾਇਦਾ ਪਰਚੀ ਲਿਖ ਕੇ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਅਸੀਂ 13। ਉਹਨਾਂ ਨੇ ਕਿਹਾ ਜ਼ੀਰੋ ਪਰਚੀ, ਜ਼ੀਰੋ ਵਰਸਸ 30। ਵੈਸੇ ਉਹ ਪਰਚੀ ਪਹਿਲੇ ਵੀ ਲਿਖ ਕੇ ਦੇ ਚੁੱਕੇ ਆ, ਉਹ ਕੁਝ ਗੱਲਾਂ ਸੱਚ ਵੀ ਹੋ ਚੁੱਕੀਆਂ। ਅੱਛਾ ਹੈ ਕਿ ਮੈਂ ਤੁਹਾਨੂੰ ਯਾਦ ਕਰਾਉਣਾ, ਗੁਜਰਾਤ ਦਾ ਇਲੈਕਸ਼ਨ ਸੀ, ਕੇਜਰੀਵਾਲ ਸਾਹਿਬ ਨੇ ਪਰਚੀ ਲਿਖੀ ਸੀ ਕਿ ਗੁਜਰਾਤ ਮੇ ਹਮ ਸਰਕਾਰ ਬਣਾਉਣੇ ਜਾ ਰਹੇ ਹੈ, ਇਹ ਮੈਂ ਲਿਖ ਕੇ ਦੇ ਰਹਾ ਹਾਂ, ਐਸਾ ਖੜ ਕੇ ਦਿਖਾਇਆ ਸੀ। ਇੱਕ ਵੀ ਸੀਟ 'ਤੇ ਜ਼ਮਾਨਤ ਨਹੀਂ ਬਚੀ। ਇਹ ਝੂਠੀਆਂ ਪਰਚੀਆਂ, ਇਹ ਆਦਤ ਹੈ ਆਮ ਆਦਮੀ ਪਾਰਟੀ ਦੀ। ਹਾਲਾਤ ਉਹ ਹੀ ਹੋਣੇ ਜੇ ਜੋ ਗੁਜਰਾਤ 'ਚ ਹੋਏ ਸੀ, ਜੋ ਉੱਤਰਾਖੰਡ 'ਚ ਹੋਏ ਸੀ, ਗੋਆ 'ਚ ਹੋਏ ਸੀ, ਕਿ 13 ਜ਼ੀਰੋ ਕਹਿਣ ਵਾਲੇ
ਜ਼ੀਰੋ 'ਤੇ ਆਉਣ ਵਾਲੇ ਹੈ ਔਰ 13 ਭਾਜਪਾ ਜਿੱਤਣ ਵਾਲੀ ਹੈ। ਉਹ ਪਰਚੀ ਉਦੋਂ ਵੀ ਉੱਥੇ ਕੱਢੀ ਸੀ ਗੁਜਰਾਤ 'ਚ, ਤੁਸੀਂ ਕਲਿੱਪ ਕੱਢ ਲੈਣਾ ਔਰ ਮੈਂ ਤੁਹਾਨੂੰ ਨਿਵੇਦਨ ਕਰਾਂਗਾ ਜਦੋਂ ਇੰਟਰਵਿਊ ਦਿਖਾਓਗੇ ਅਤੇ ਨਾਲ ਉਹ ਕਲਿੱਪ ਵੀ ਕੇਜਰੀਵਾਲ ਸਾਹਿਬ ਦੀ ਦਿਖਾਉਣਾ। ਉਹ ਤਾਂ ਕਹਿ ਰਹੇ ਸੀ ਮੈਂ ਉੱਤਰਾਖੰਡ ਵੀ ਸਰਕਾਰ ਬਣਾ ਰਿਹਾ, ਮੇਰੇ ਸੇ ਲਿਖਾ ਲੀਜੀਏ ਗੋਆ ਮੈਂ ਹਮਾਰਾ ਮੁੱਖ ਮੰਤਰੀ ਹੋਗਾ। ਪੰਜਾਬ 'ਚ ਵੀ ਸਰਕਾਰ ਨਹੀਂ ਬਣਨੀ ਸੀ, ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਫੁਸਲਾ ਕੇ ਝੂਠ ਬੋਲ ਕੇ, ਦੱਸੋ 1000 ਰੁਪਇਆ ਆਇਆ ਬੇਟੀਆਂ ਨੂੰ? ਪੰਜਾਬ ਦੀ ਹਰ ਬੇਟੀ ਕੋ 1000 ਰੁਪਇਆ ਮਹੀਨਾ ਦਿਆ ਜਾਏਗਾ, 90,000 ਕਾ ਕਿਸਾਨੀ ਕਰਜ਼ਾ ਮਾਫ ਕਰੂੰਗਾ, ਬਿਜਲੀ ਫਰੀ ਕਰੂੰਗਾ। ਨਹੀਂ, ਕੁਛ ਨਹੀਂ ਹੋਇਆ, ਉਲਟਾ ਹੋਇਆ ਕੁਛ ਨਹੀਂ। ਲੇਕਿਨ ਪੰਜਾਬ ਨੂੰ ਕੁਝ ਗਿਫਟ ਜ਼ਰੂਰ ਦਿੱਤੇ ਨੇ ਆਮ ਆਦਮੀ ਪਾਰਟੀ ਨੇ, ਇਹ ਝਾੜੂ ਪਾਰਟੀ ਦੇ ਗਿਫਟ ਹੈਗੇ, ਰੰਗਦਾਰੀ। ਝਾੜੂ ਪਾਰਟੀ ਦਾ ਗਿਫਟ ਹੈ ਅਪਹਰਨ, ਝਾੜੂ ਪਾਰਟੀ ਦਾ ਗਿਫਟ ਹੈ ਟਾਰਗੇਟ ਕਿਲਿੰਗਸ, ਝਾੜੂ ਪਾਰਟੀ ਦਾ ਗਿਫਟ ਹੈ ਲਾ ਐਂਡ ਆਰਡਰ ਸ਼ੂਨਿਅਤਾ, ਝਾੜੂ ਪਾਰਟੀ ਦਾ ਗਿਫਟ ਹੈ ਭਰਾ ਭਰਾ 'ਚ ਲੜਾਈ, ਝਾੜੂ ਪਾਰਟੀ ਦਾ ਗਿਫਟ ਹੈ ਪੈਸਾ ਰੂਰਲ ਡਿਵੈਲਪਮੈਂਟ ਫੰਡ ਦਾ ਹੋਵੇ ਜਾਂ ਅਰਬਨ ਡਿਵੈਲਪਮੈਂਟ ਫੰਡ ਦਾ, ਆਪਣੀ ਫੋਟੋ ਚਿਪਕਾਉਣ 'ਤੇ ਲਗਾ ਦਿਓ। ਝਾੜੂ ਪਾਰਟੀ ਦਾ ਗਿਫਟ ਹੈ ਕਿ 100 ਰੁਪਇਆ ਸਕੀਮ 'ਚ ਦੇਣਾ ਅਤੇ 500 ਰੁਪਏ ਦਾ ਵਿਗਿਆਪਨ ਦੇ ਦਿਓ ਔਰ ਉਹ ਵੀ ਹੈਦਰਾਬਾਦ ਦੇ ਅਖਬਾਰ 'ਚ, ਤਾਮਿਲਨਾਡੂ ਦੇ ਅਖਬਾਰ 'ਚ। ਪੰਜਾਬ ਦੇ ਕਿਸੇ ਬੰਦੇ ਨੂੰ ਕੋਈ ਸਕੀਮ ਦਿੱਤੀ ਹੈ ਤਾਂ ਤਾਮਿਲਨਾਡੂ 'ਚ ਛਾਪਣ ਦੀ ਕੀ ਲੋੜ ਹੈ? ਪਰ ਤਰੁਣ ਜੀ, ਅਫਸਰ ਰਿਜ਼ਾਈਨ ਕਰ ਰਹੇ ਨੇ ਪੰਜਾਬ ਸਰਕਾਰ ਦੇ, ਅਫਸਰ ਡੈਪੂਟੇਸ਼ਨ ਲੈ ਕੇ ਦਿੱਲੀ ਜਾ ਰਹੇ ਨੇ, ਅਫਸਰ ਫਾਈਲ ਕਰਨ ਨੂੰ ਸਾਈਨ ਕਰਨ ਨੂੰ ਤਿਆਰ ਨਹੀਂ ਹੈ। ਤਰੁਣ ਜੀ, ਜੇ ਕੋਈ ਸਕੀਮ ਸਰਕਾਰ ਚਲਾ ਰਹੀ ਆ ਉਹਦੇ ਵਿੱਚ ਅਗਰ PM ਸਾਹਿਬ ਦੀ ਫੋਟੋ ਲੱਗ ਸਕਦੀ ਹੈ ਤਾਂ ਮੇਰੇ ਖਿਆਲ CM ਸਾਹਿਬ ਦੀ ਵੀ ਲੱਗ ਸਕਦੀ ਹੈ। ਪ੍ਰਸ਼ਨ ਭਾਅ ਜੀ ਫੋਟੋ ਦਾ ਨਹੀਂ, ਤੁਸੀਂ ਗੱਲ ਤੁਹਾਨੂੰ ਮੈਂ ਤੁਹਾਨੂੰ ਦੱਸਣਾ, ਪ੍ਰਸ਼ਨ ਫੋਟੋ ਦਾ ਨਹੀਂ, ਬਜਟ ਹੁੰਦਾ ਫੋਟੋ ਵਾਸਤੇ। ਪੈਸਾ ਭੇਜਿਆ ਪੰਜਾਬ ਦੇ ਅੰਦਰ ਹੋਸਪਿਟਲਸ 'ਚ ਐਕਸਰੇ ਮਸ਼ੀਨਾਂ ਬਦਲਣ ਵਾਸਤੇ, ਪੈਸਾ ਭੇਜਿਆ TB ਸੈਂਟਰਸ ਦੀਆਂ ਵਾਰਡਸ ਬਣਾਉਣ ਵਾਸਤੇ, ਕਿਉਂਕਿ TB ਇੱਕ ਤੋਂ ਦੂਸਰੇ ਨੂੰ ਹੁੰਦੀ, ਅਲੱਗ ਬਣਾਓ। ਪੈਸਾ ਭੇਜਿਆ ਲੈਬਸ ਨੂੰ ਅਪਡੇਟ ਕਰਨ ਵਾਸਤੇ, ਉਹ ਪੈਸੇ ਦਾ ਪ੍ਰਯੋਗ ਕਰਤਾ ਪੋਸਟਰ ਲਾਉਣ ਵਾਸਤੇ, ਬੈਨਰ ਲਗਾਉਣ ਵਾਸਤੇ? ਮੈਂ ਜੋ ਕਹਿ ਰਿਹਾ ਔਨ ਰਿਕਾਰਡ ਹੈ, ਮੈਂ ਤੁਹਾਨੂੰ ਵਰਲਡ ਆਪਣਾ ਸਟੇਟ ਸੈਂਟਰ ਹੈਲਥ ਔਰਗਨਾਈਜੇਸ਼ਨ ਦੀ ਜਿਹੜਾ ਪੈਸਾ ਭੇਜਦੀ ਹੈ ਨੈਸ਼ਨਲ ਹੈਲਥ ਮਿਸ਼ਨ ਦਾ, ਉਹ ਨੈਸ਼ਨਲ ਹੈਲਥ ਮਿਸ਼ਨ ਦੀ ਰਿਪੋਰਟ ਭੇਜਾਂਗਾ, ਤੁਸੀਂ ਦੇਖੋਗੇ ਤੁਹਾਡੀਆਂ ਅੱਖਾਂ ਖੁੱਲ੍ਹ ਜਾਣਗੀਆਂ ਕੀ ਹੋ ਰਿਹਾ। ਜੇ ਡੈਫਸਿਟ 'ਚ ਅਸੀਂ ਪੰਜਾਬ ਨੂੰ ਲਿਜਾ ਰਹੇ, ਜੇ ਗੱਲ ਕਰਾਂ ਇਹੋ ਹੀ ਪਾਰਟੀ ਦਿੱਲੀ 'ਚ ਬੈਠੀ ਹੈ, ਜਲ ਬੋਰਡ ਘੁਟਾਲਾ ਹਜੇ ਤਾਂ ਸ਼ੁਰੂ ਨਹੀਂ ਹੋਏ ਸਰ, ਸ਼ਰਾਬ ਦਾ ਘੁਟਾਲਾ, ਮੈਨੂੰ ਤੁਸੀਂ ਦੱਸੋ ਅੱਜ ਕੇਜਰੀਵਾਲ ਸਾਹਿਬ ਬਾਹਰ ਆ ਕੇ ਨਾਰਾ ਲਾ ਰਹੇ ਇਨਕਲਾਬ, ਕਿੱਡਾ ਪਵਿੱਤਰ ਵਰਡ ਹੈ ਇਨਕਲਾਬ, ਔਰ ਤੁਸੀਂ ਸ਼ਰਾਬ ਘੁਟਾਲੇ 'ਚ ਧੋਖਾਧੜੀ ਜਾਲਸਾਜ਼ੀ ਦੇ ਕੇਸ 'ਚ ਜੇਲ੍ਹ 'ਚੋਂ ਆਏ ਹੋ ਅਲਪ ਜ਼ਮਾਨਤ 'ਤੇ। ਤੁਸੀਂ ਕਹੋ ਜੀ ਅਲਪ ਜ਼ਮਾਨਤ, ਮੈਂ ਪੁੱਛਣਾ ਚਾਹੁੰਦਾ ਭਾਈ ਸਾਹਿਬ, ਇੱਕ ਕੇਸ 'ਚ ਇੱਕ ਆਦਮੀ ਨੂੰ ਜ਼ਮਾਨਤ ਮਿਲੇ ਨਾ ਦੂਜੇ ਨੂੰ ਮਿਲਦੀ? ਸੇਮ ਪਲੀ ਤਾਂ ਇੱਕ ਨੂੰ ਮਿਲੇ ਤਾਂ ਦੂਸਰੇ ਨੂੰ ਮਿਲਦੀ? ਜੇ ਸਭ ਠੀਕ ਹੈ ਤਾਂ ਸਿਸੋਦੀਆ ਸਾਹਿਬ ਨੇ ਜ਼ਮਾਨਤ ਕਿਉਂ ਨਹੀਂ ਅਪਲਾਈ ਕੀਤੀ? ਕੇਜਰੀਵਾਲ ਸਾਹਿਬ ਜ਼ਰਾ ਦੱਸੋ, ਜੈਨ ਸਾਹਿਬ ਨੇ ਅਪਲਾਈ ਕਿਉਂ ਨਹੀਂ ਕੀਤੀ? ਉਹ ਕਿਉਂ ਅੰਦਰ ਬੈਠੇ ਹੈ ਤਾਂ ਤੁਸੀਂ ਬਾਹਰ ਕਿਉਂ ਆਏ ਹੋ? ਸੇਮ ਕੇਸ ਹੈ ਨਾ, ਮੰਨ ਲਓ ਅਤੇ ਅਪਲਾਈ ਕਰਦਾ, ਉਹ ਵੀ ਕਹਿੰਦੇ ਜੀ ਮੈਨੂੰ ਇਲੈਕਸ਼ਨ ਤੱਕ ਟਾਈਮ ਚਾਹੀਦਾ, ਮੈਂ ਡਿਪਟੀ CM ਹਾਂ।
ਤੇ ਤੁਹਾਨੂੰ ਲੱਗਦਾ ਇਹ 'ਚ ਕੋਈ ਹਾਂ ਮੈਨੂੰ ਲੱਗਦਾ ਕੌਨਸਪੀਰੇਸੀ? ਨਹੀਂ, ਦਾਲ ਮੈਂ ਕੁਛ ਕਾਲਾ ਨਹੀਂ, ਪੂਰੀ ਪੂਰੀ ਦਾਲ ਹੀ ਕਾਲੀ ਹੈ, ਕਿਉਂਕਿ ਆਮ ਆਦਮੀ ਪਾਰਟੀ 'ਚ ਇੰਟਰਨਲ ਬਹੁਤ ਜ਼ਿਆਦਾ ਰਿਫਟ ਹੈ। ਤੁਸੀਂ ਦੇਖੋ ਸਿਥੋਸਦਿਆ ਨੇ ਜ਼ਮਾਨਤ ਨਹੀਂ ਲਿੱਤੀ, ਜੈਨ ਨੇ ਜ਼ਮਾਨਤ ਨਹੀਂ ਦਿੱਤੀ, ਕਿਉਂਕਿ ਪੈਸਾ ਰੂਟਸ ਹੋਇਆ ਬਕਾਇਦਾ, ਇੱਕ ਇੱਕ ਚੈਟ ਹੈ, ਉਹ ਕਹਿੰਦੇ ਨੇ ਸਾਨੂੰ ਫਸਾ ਤਾ, ਸਾਡੇ ਰਾਹੀਂ ਪੈਸਾ ਰੂਟ ਕਰਾਇਆ, ਅਸੀਂ ਜੋ ਕੀਤਾ ਕੇਜਰੀਵਾਲ ਦੇ ਨਾਂ ਨੂੰ ਕੀਤਾ। ਦੂਸਰਾ ਸਵਾਤੀ ਮਾਲੀਵਾਲ ਨੂੰ ਕਿਉਂ ਕੁੱਟਿਆ, ਜਿਹਦੇ ਬਾਰੇ ਤੁਸੀਂ ਤੁਹਾਡਾ ਹੀ ਚੈਨਲ ਚਲਾ ਰਹੇ ਸੀ ਕਿ ਉਹਦੇ ਬਾਰੇ ਕੇਜਰੀਵਾਲ ਸਾਹਿਬ ਨੇ ਦੱਸਿਆ ਕਿ ਉਹ ਸ਼ੇਰਨੀ ਹੈ, ਉਹ ਜਬ ਦਿੱਲੀ ਕੀ ਔਰਤੇਂ ਨਿਕਲਤੀ ਹੈ ਤੋ ਸੋਚਤੀ ਹੈ ਕਿ ਸਵਾਤੀ ਮਾਲੀਵਾਲ ਹਮਾਰੀ ਹੈ। ਉਹ ਸਵਾਤੀ ਮਾਲੀਵਾਲ ਨੂੰ ਤੁਹਾਡੇ ਡਰਾਇੰਗ ਰੂਮ 'ਚ ਰਜਸਵ ਪੀੜਾ 'ਚ ਸੀ, ਲੱਤਾਂ ਨਾਲ ਕੁੱਟਿਆ ਜਾਂਦਾ, ਡਾਂਗਾਂ ਨਾਲ ਕੁੱਟਿਆ ਜਾਂਦਾ, ਉਹਦੇ ਵਾਲ ਖਿੱਚੇ ਜਾਂਦੇ, ਉਹ ਕਹਾਰਦੀ ਹੈ, ਉੱਚੀ ਉੱਚੀ ਚੀਕਾਂ ਮਾਰਦੀ ਹੈ, ਅਪੀਲ ਕਰਦੀ ਹੈ ਮੈਨੂੰ ਛੱਡ ਦਿਓ। ਦਲਿਤ ਰਾਸ਼ਟਰ ਬਣ ਕੇ ਅੱਖਾਂ 'ਤੇ ਪੱਟੀ ਬਣ ਕੇ ਕੇਜਰੀਵਾਲ ਸਾਹਿਬ ਉਸ ਬੇਟੀ ਦਾ ਸੁਰੱਖਿਆ ਦਾ, ਉਸ ਬੇਟੀ ਦੀ ਸਨਮਾਨ ਦਾ ਚੀਰ ਹਰਨ ਹੁੰਦਾ ਦੇਖਦੇ, ਔਰ ਉਹ ਚੀਰ ਹਰਨ ਧ੍ਰਿਤ ਰਾਸ਼ਟਰ ਬਣ ਕੇ ਦੁਰਯੋਧਨ ਔਰ ਦੁਰਸ਼ਾਸਨ ਨੂੰ ਬਚਾਇਆ ਜਾ ਰਿਹਾ ਸੀ। ਇਹ ਬਤਾਤਾ ਹੈ ਦਾਲ ਮੇਂ ਕੁਛ ਕਾਲਾ ਨਹੀਂ, ਤਰੁਣ ਜੀ ਮੇਰਾ ਆਖਰੀ ਪੂਰੀ ਕੀ ਪੂਰੀ ਦਾਲ ਕਾਲੀ। ਆਖਰੀ ਕੁਐਸਚਨ, ਤੁਸੀਂ ਕਿਹਾ ਪੰਜਾਬ ਦੇ ਵਿੱਚ 13 ਸੀਟਾਂ ਸੀ ਜਿੱਤ ਰਹੇ ਹਾਂ, ਇਹ ਸੰਭਾਵਨਾ ਹੈ ਕਿ ਦਾਅਵਾ ਹੈ? ਜਨਤਾ ਦੀ ਆਵਾਜ਼ ਹੈ ਔਰ ਜਨਤਾ ਦੀ ਆਵਾਜ਼ ਖੁਦਾ ਦੀ ਆਵਾਜ਼ ਹੈ, ਰੱਬ ਦੀ ਆਵਾਜ਼ ਹੈ, ਪਰ 2022 ਪੰਜਾਬ ਦੀ ਜਨਤਾ ਦੀ ਆਵਾਜ਼ ਹੈ ਔਰ ਪੰਜਾਬ ਦੀ ਜਨਤਾ ਗਰੀਨਾ ਕਰਦੀ ਹੈ ਕੇਜਰੀਵਾਲ ਸਾਹਿਬ ਨੂੰ। ਪਰ 2022 ਦੇ ਵਿੱਚ ਆਮ ਆਦਮੀ ਪਾਰਟੀ ਬਹੁਮਤ ਨਾਲ ਜਿੱਤੀ ਹੈ, 93 ਸੀਟਾਂ ਲੈ ਕੇ ਗਈ ਹੈ, ਉਸ ਤੋਂ ਬਾਅਦ ਲੋਕ ਸਭਾ ਦਾ ਉਪਚੁਣਾਵ ਹੋਇਆ ਜਲੰਧਰ ਦੇ ਵਿੱਚ, ਉਹਦੇ ਵਿੱਚ ਬੀਜੇਪੀ ਦੀ ਜ਼ਮਾਨਤ ਜ਼ਬਤ ਹੋਈ ਹੈ, ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਦੇਖੋ ਤੁਹਾਨੂੰ ਤੁਸੀਂ ਲੱਗਦਾ ਹੈ ਕਿ ਤੁਸੀਂ ਪੋਸੀਬਲ? ਇੱਕ ਸੀਨ ਭੁੱਲ ਗਏ ਪਾਵਾ ਸਾਹਿਬ, ਤੁਸੀਂ ਬਹੁਤ ਵੱਡੀ ਚੇਅਰ 'ਤੇ ਬੈਠੇ ਹੋ, ਸੰਗਰੂਰ ਦਾ ਇਲੈਕਸ਼ਨ ਵੀ ਤਾਂ ਹਾਰੀ ਹੈ ਨਾ, ਆਪਣੀ ਸੀਟ ਸੀਐਮ ਸਾਹਿਬ ਹਾਰ ਗਏ, ਔਰ ਜਲੰਧਰ ਦੇ ਅੰਦਰ ਹਾਈਐਸਟ ਵੋਟ ਅਸੀਂ ਲਿੱਤੇ, ਕਿਸੇ ਵੀ ਪੋਲੀਟੀਕਲ ਪਾਰਟੀ ਨੇ ਕੋਈ ਵੀ ਵਿਧਾਨ ਸਭਾ ਨਹੀਂ ਜਿੱਤੀ, ਅਸੀਂ ਜਲੰਧਰ ਸ਼ਹਿਰ ਦੀਆਂ 2 ਵਿਧਾਨ ਸਭਾ ਜਿੱਤੇ, ਯਾਨੀ ਜਿੱਤ ਹੋਈ ਆਮ ਆਦਮੀ ਪਾਰਟੀ ਦੀ, ਲੇਕਿਨ 2 ਵਿਧਾਨ ਸਭਾ 'ਚ ਕੌਣ ਜਿੱਤਿਆ? ਲੋਕਾਂ ਨੇ ਨਕਾਰਿਆ ਭਾਜਪਾ, ਯਾਨੀ ਲੋਕਾਂ ਨੂੰ ਅਗਰ ਕੋਈ ਉਮੀਦ ਦਿਸਦੀ ਹੈ ਤਾਂ ਭਾਰਤੀ ਜਨਤਾ ਪਾਰਟੀ ਹੈ, ਨਰਿੰਦਰ ਮੋਦੀ ਹੈ। ਤਰੁਣ ਜੀ, ਤੁਸੀਂ ਵਿਧਾਨ ਸਭਾ ਦੇ ਆਪਣੇ ਜਿੱਤੇ ਹੋਏ ਉਮੀਦਵਾਰਾਂ ਦੀ ਗੱਲ ਕੀਤੀ ਆ, ਉਹ ਦੋਨੋਂ ਉਮੀਦਵਾਰ ਬੀਜੇਪੀ ਦੇ ਪੁਰਾਣੇ ਵਰਕਰ ਰਹੇ ਨੇ, ਫਿਰ ਆਪਾਂ ਇੰਪੋਰਟ ਕਿਉਂ ਕਰ ਰਹੇ ਬਾਹਰੋਂ ਬੰਦੇ? ਐਸਾ ਬਿਲਕੁਲ ਬਹੁਤ ਅੱਛਾ ਸਵਾਲ ਹੈ ਔਰ ਮੈਂ ਚਾਹੁੰਦਾ ਸਾਂ ਤੁਸੀਂ ਇਹ ਕੁਐਸਚਨ ਕਰੋ। ਐਸਾ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਹਿੱਤਾਂ ਨੂੰ ਸਾਹਮਣੇ ਰੱਖਦਿਆਂ, ਰਾਸ਼ਟਰ ਦੇ ਹਿੱਤਾਂ ਨੂੰ ਸਾਹਮਣੇ ਰੱਖਦਿਆਂ, ਆਪਣੇ ਆਪ ਨੂੰ ਛੋਟਾ ਕਰਕੇ ਅਕਾਲੀ ਦਲ ਨੂੰ 94 ਸੀਟਾਂ ਦੇ ਦਿੱਤੀਆਂ, ਔਰ ਆਪ ਅਸੀਂ 3 ਸੀਟਾਂ 'ਤੇ ਚਲੇ ਗਏ ਉਹਨਾਂ ਨੂੰ 10 ਦੇ ਦਿੱਤੀਆਂ, ਆਪ ਅਸੀਂ 23 'ਤੇ ਚਲੇ ਗਏ 94 ਉਹਨਾਂ ਨੂੰ ਦੇ ਦਿੱਤੀਆਂ, ਔਰ ਸਾਨੂੰ ਲੱਗਦਾ ਹੈ ਕਿ ਅੱਜ ਉਸ ਰੋਲ ਤੋਂ ਸਾਨੂੰ ਬਾਹਰ ਆਉਣਾ ਪਿਆ ਕਿ ਪੰਜਾਬ ਨੂੰ ਬਚਾਉਣਾ ਹੈ ਤਾਂ ਸਾਨੂੰ ਫਰੰਟ ਸੀਟ 'ਤੇ ਬੈਠਣਾ ਪਏਗਾ, ਅਸੀਂ ਸਾਹਮਣੇ ਆ ਗਏ। ਪਰ ਮੈਂ ਪੁੱਛਣਾ ਚਾਹੁੰਦਾ, ਹੁਣ ਉਹ 94 ਪਲੇਸਿਸ ਮੇਰੀਆਂ ਖਾਲੀ ਪਈਆਂ ਸੀ, ਪਿਛਲੇ 30 ਸਾਲਾਂ ਤੋਂ ਮੈਂ ਉੱਥੇ ਇਲੈਕਸ਼ਨ ਨਹੀਂ ਸੀ ਲੜਿਆ, ਉਹ 10 ਲੋਕ ਸਭਾ 'ਚ ਮੈਂ ਪਿਛਲੇ 30 ਸਾਲਾਂ 'ਚ ਗਿਆ ਹੀ ਨਹੀਂ, ਸਾਡਾ ਕੈਡਰ ਸੀ ਲੇਕਿਨ ਲੀਡਰਸ਼ਿਪ ਗਰੋ ਨਹੀਂ ਹੋਈ, ਕਿਉਂਕਿ ਸਾਨੂੰ ਪਤਾ ਸੀ ਕਿ ਇੱਥੇ ਅਸੀਂ ਅਕਾਲੀ ਦਲ ਅਸੀਂ ਲੜ ਰਹੇ, ਅਸੀਂ ਪ੍ਰਕਾਸ਼ ਸਿੰਘ ਬਾਦਲ ਨਾਲ ਖੜ੍ਹੇ ਹਾਂ। ਹੁਣ ਉੱਥੇ ਸਾਡੀ ਵੈਕੈਂਸੀਜ਼ ਕ੍ਰੀਏਟ ਹੋਈਆਂ,
ਜਦੋਂ ਵੈਕੈਂਸੀ ਕ੍ਰੀਏਟ ਹੋਣਗੀਆਂ ਤਾਂ ਲੋਕਾਂ ਨਾਲ ਹੀ ਫਿੱਲ ਹੋਣਗੀਆਂ, ਔਰ ਪੋਲੀਟੀਕਲ ਪਾਰਟੀ ਦੀ ਵੈਕੈਂਸੀ ਪੋਲੀਟੀਕਲ ਬਲੱਡ ਨਾਲ ਹੀ ਫਿੱਲ ਹੁੰਦੀ ਹੈ। ਉਹ ਲੋਕ ਆਏ, ਅਸੀਂ ਇਹਨਾਂ ਨੂੰ ਦੇਖਿਆ ਔਰ ਅੱਛੇ ਲੋਕਾਂ ਨੂੰ ਲਿੱਤਾ ਹੈ। ਔਰ ਭਾਰਤੀ ਜਨਤਾ ਪਾਰਟੀ ਦਾ ਕੈਡਰ ਅੱਜ 117 ਸੀਟਾਂ 'ਤੇ, ਅੱਜ ਖਡੂਰ ਸਾਹਿਬ 'ਚ ਵੀ ਭਾਰਤੀ ਜਨਤਾ ਪਾਰਟੀ ਹੈ, ਜਲੰਧਰ 'ਚ ਵੀ ਹੈ, ਲੁਧਿਆਣੇ 'ਚ ਵੀ ਹੈ, ਅੰਮ੍ਰਿਤਸਰ 'ਚ ਵੀ ਹੈ, ਅਨੰਦਪੁਰ ਸਾਹਿਬ 'ਚ ਵੀ ਹੈ, ਲੁਧਿਆਣਾ ਵੀ ਲੜ ਰਹੀ ਹੈ, ਗੋਬਿੰਦਗੜ੍ਹ ਵੀ ਲੜ ਰਹੀ ਹੈ। ਪਹਿਲੀ ਵਾਰੀ ਹੈ ਨਾ, ਅਸੀਂ ਕਦੋਂ ਲੜੇ ਸੀ? ਅਤੇ ਜਦੋਂ ਅਸੀਂ 10 ਸੀਟਾਂ ਅਭਾਵ ਆਏ ਹਾਂ ਤਾਂ 10 ਨਵੇਂ ਲੋਕ ਆਉਣਗੇ ਹੀ। ਮੇਰਾ ਐਸਾ ਮੰਨਣਾ ਰਾਜਨੀਤੀ 'ਚ ਕੋਈ ਨਵਾਂ ਪੁਰਾਣਾ ਨਹੀਂ ਹੁੰਦਾ। ਉਹ ਗੇਟ ਓਪਨ ਹੋਏ, ਸਾਡੇ ਕੋਲ ਸਪੇਸ ਹੈ, ਸਾਡੇ ਕੋਲ ਵੈਕਿਊਮ ਸੀ, ਅਸੀਂ ਉਹਨੂੰ ਫਿਲ ਕੀਤਾ। ਤਰੁਣ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਟਾਈਮ ਕੱਢਿਆ। ਬਹੁਤ ਬਹੁਤ ਧੰਨਵਾਦ। ਔਰ ਮੈਂ ਪਾਵਾ ਸਾਹਿਬ ਨਿਵੇਦਨ ਕਰਾਂਗਾ ਕਿ ਤੁਸੀਂ 4 ਜੂਨ ਨੂੰ ਜਦੋਂ ਪਰਿਣਾਮ ਆਉਣਗੇ, ਅਸੀਂ 400 ਪਾਰ ਕਰਾਂਗੇ, ਅਤੇ ਉਸ ਤੋਂ ਬਾਅਦ ਜਿਸ ਦਿਨ ਸ਼ਪਥ ਹੋਏ ਤਾਂ ਪੰਜਾਬ ਕੇਸਰੀ ਤੋਂ ਕੋਈ ਨਾ ਕੋਈ ਸਾਡੇ ਉਸ ਸ਼ਪਥ ਗ੍ਰਹਿਣ ਕਾਰਜਕ੍ਰਮ 'ਚ ਆਏ, ਔਰ 400 ਪਾਰ ਪੂਰਾ ਹੋਣ 'ਤੇ ਮੋਦੀ ਸਾਹਿਬ ਨੂੰ ਤੁਹਾਡਾ ਸਭਲਾ ਆਸ਼ੀਰਵਾਦ ਔਰ ਸ਼ੁਭਕਾਮਨਾਵਾਂ ਜਾਣ। ਇਹ ਸਨ ਤਰਨ ਚੁੱਗ, ਜਿਨ੍ਹਾਂ ਨੇ ਦਾਅਵਾ ਕੀਤਾ ਹੈ 400 ਪਾਰ 4 ਜੂਨ ਨੂੰ ਹੋ ਜਾਏਗਾ, ਅਤੇ ਉਸ ਤੋਂ ਬਾਅਦ ਇਨਵੀਟੇਸ਼ਨ ਵੀ ਦੇ ਦਿੱਤਾ ਹੈ ਐਡਵਾਂਸ ਦੇ ਵਿੱਚ। ਚਲੋ ਦੇਖਦੇ ਹਾਂ 4 ਜੂਨ ਤੋਂ ਬਾਅਦ ਕੀ ਰਿਜ਼ਲਟ ਆਉਂਦੇ ਨੇ। ਉਦੋਂ ਤੱਕ ਦੇਖਦੇ ਰਹੋ ਤੁਸੀਂ ਜਗਬਾਣੀ। ਨਮਸਕਾਰ, ਸਤਿ ਸ਼੍ਰੀ ਅਕਾਲ, ਜੈ ਹਿੰਦ, ਸਤਿ ਸ਼੍ਰੀ ਅਕਾਲ।